ਆਮ ਆਦਮੀ ਪਾਰਟੀ ਨੇ ਅੱਜ ਆਪਣੇ 5 ਉਮੀਦਵਾਰਾਂ ਦੀ ਘੋਸ਼ਣਾ ਕਰਤੀ ਹੈ, ਜਦਕਿ ਦੂਜੇ ਪਾਸੇ ਖਹਿਰਾ ਗੁੱਟ, ਧਰਮਵੀਰ ਗਾਂਧੀ ਅਤੇ ਸੁੱਚਾ ਸਿੰਘ ਛੋਟੇਪੁਰ ਆਦਿ ਨਾਲ ਇਹਨਾਂ ਦੀ ਤਾਲਮੇਲ ਦੀ ਗੱਲਬਾਤ ਚੱਲ ਰਹੀ ਸੀਗੀ। ਸਾਡੇ ਨਾਲ ਸਪੋਕ ਪਰਸਨ ਆਮ ਆਦਮੀ ਪਾਰਟੀ ਦੇ ਬਲਜਿੰਦਰ ਸਿੰਘ ਕੌਰ ਜੀ, ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਜਿਹੜੀ ਉਹ ਤਾਲਮੇਲ ਦੀ ਗੱਲਬਾਤ ਚੱਲ ਰਹੀ ਸੀ, ਕਿ ਉਸ ਨੂੰ ਧੱਕਾ ਨਹੀਂ ਪਹੁੰਚੇਗਾ ਇਹ ਉਮੀਦਵਾਰਾਂ ਦੀ ਘੋਸ਼ਣਾ ਦੇ ਨਾਲ। ਪਾਰਟੀ ਵੱਡੀ ਹੁੰਦੀ ਹੈ ਅਤੇ ਪਾਰਟੀ ਅੱਜ ਵੀ ਉਹਨਾਂ ਦਾ ਵੈਲਕਮ ਕਰ ਰਹੀ ਹੈ ਅਤੇ ਪਾਰਟੀ ਦੇ ਦਰਵਾਜ਼ੇ ਖੁੱਲ੍ਹੇ ਨੇ। ਭਾਵੇਂ ਸਾਡੇ ਸਾਥੀ ਸਾਡੇ ਨਾਲ ਨਾਰਾਜ਼ ਨੇ, ਪਰ ਉਹ ਪਾਰਟੀ ਦੇ ਲੋਗੋ ਹੇਠਾਂ ਖੜ੍ਹੇ ਨੇ ਅਤੇ ਜਦੋਂ ਉਹ ਚਾਹੁਣ ਉਹ ਆ ਸਕਦੇ ਆ। ਇਸ ਵੇਲੇ ਲੋਕਾਂ ਦੀ ਕੀ ਡਿਮਾਂਡ ਸੀ, ਲੋਕ ਚਾਹੁੰਦੇ ਸੀ ਕਿ ਪਬਲਿਕ ਪੰਜਾਬ ਦੀ ਕੀ ਚਾਹੁੰਦੀ ਹੈ ਕਿ ਅਸੀਂ ਕੈਂਡੀਡੇਟਸ ਅਨਾਊਂਸ ਕਰੀਏ ਅਤੇ ਅਸੀਂ ਉਹਨਾਂ ਦੇ ਹਿੱਤਾਂ ਨੂੰ, ਉਹਨਾਂ ਦੀਆਂ ਵਿਸ਼ਿਸ਼ ਨੂੰ ਧਿਆਨ ਵਿੱਚ ਰੱਖਦੇ ਹੋਏ ਆਮ ਆਦਮੀ ਪਾਰਟੀ ਨੇ 5 ਕੈਂਡੀਡੇਟਸ ਦੀ ਲਿਸਟ ਡਿਕਲੇਅਰ ਕੀਤੀ ਹੈ। ਐਂਡ ਆਫਕੋਰਸ ਅਰਵਿੰਦ ਕੇਜਰੀਵਾਲ ਨੂੰ ਮਾਡਲ ਨੂੰ ਫੋਲੋ ਕਰਦੇ ਹੋਏ ਸਾਡੇ ਕੈਂਡੀਡੇਟਸ ਆਪਣੀ ਕੰਪੇਨ ਨੂੰ ਬਿਗਨ ਕਰਨ ਤੋਂ। ਮੈਡਮ, ਜਿਹੜੀ ਤੁਹਾਡੀ ਤਾਲਮੇਲ ਕਮੇਟੀ ਬਣਾਈ ਸੀਗੀ, ਸਰਬਜੀਤ ਕੌਰ ਮਾਨੁਕੇ ਜਿਹੜੇ ਉਹਨਾਂ ਦੇ ਚੇਅਰਮੈਨ ਸੀ, ਹੁਣ ਤਾਂ ਗੱਲਬਾਤ ਇੱਥੇ ਤੱਕ ਪਹੁੰਚ ਗਈ ਹੈ ਕਿ ਉਹਨਾਂ ਨੂੰ ਧਮਕੀਆਂ ਮਿਲਣ ਲੱਗ ਗਈਆਂ, ਵੀ ਇਹ ਜਿਹੀ ਸਥਿਤੀ 'ਚ ਤੁਹਾਨੂੰ ਕੀ ਲੱਗਦਾ, ਕੋਈ ਤਾਲਮੇਲ ਹੋ ਸਕਦਾ? ਮੈਂ ਪਹਿਲੇ ਕਿਹਾ ਕਿ ਦੇਖੋ, ਜਿਹੜੀ ਧਮਕੀਆਂ ਦੀ ਗੱਲ ਆ ਬਹੁਤ ਮਾੜੀ ਗੱਲ ਆ। ਵੈਸੇ ਮੈਂ ਉਹ ਨਹੀਂ ਵੇਖੀਆਂ ਹੈਗੀਆਂ ਉਹਦੀਆਂ ਡਿਟੇਲਸ ਕੀ ਧਮਕੀ ਆਈ ਹੈ। ਅਗਰ ਐਸੀ ਕੋਈ ਗੱਲ ਹੈਗੀ ਆ ਤਾਂ ਇਸ ਤੋਂ ਮਾੜੀ ਗੱਲ ਕੋਈ ਹੋ ਨਹੀਂ ਸਕਦੀ, ਕਿਉਂਕਿ ਜਿੱਥੇ ਬਾਕੀ ਸਾਰੇ ਸਾਥੀ ਨੇ ਤਾਂ ਆਫਕੋਰਸ ਸਾਰੇ ਦੇ ਸਾਰੇ MLAs ਜਿਹਨਾਂ ਨੂੰ ਲੋਕਾਂ ਨੇ ਚੁਣ ਕੇ ਇੱਥੇ ਭੇਜਿਆ ਹੈ ਅਤੇ ਜਿਹੜੇ ਪਬਲਿਕ ਦੀ ਗੱਲ ਕਰਨ ਦੇ ਲਈ ਅਸੀਂ ਇੱਥੇ ਪਹੁੰਚੇ ਹੋਏ ਹਾਂ। ਅਤੇ ਨੈਕਸਟ ਕੀ ਹੁੰਦਾ ਆ, ਅਸੀਂ ਆਪਣੇ ਬਣੀਓ ਜਿੰਨੀਆਂ ਕੋਸ਼ਿਸ਼ਾਂ ਕੀਤੀਆਂ ਨੇ ਅਤੇ ਆਫਕੋਰਸ ਅਸੀਂ ਕਰ ਰਹੇ ਹਾਂ, ਸਾਡੇ ਦਰਵਾਜ਼ੇ ਖੁੱਲ੍ਹੇ ਆ, ਬਾਕੀ ਉਹਨਾਂ ਸਾਰਿਆਂ ਦੀ ਮਰਜ਼ੀ ਹੈ। ਮੈਡਮ, ਤੁਸੀਂ 5 ਉਮੀਦਵਾਰਾਂ ਦੀ ਘੋਸ਼ਣਾ ਕਰਤੀ ਹੈ, ਬਾਕੀ 8 ਉਮੀਦਵਾਰਾਂ ਦੀ ਘੋਸ਼ਣਾ ਕਦੋਂ ਤੱਕ ਹੋਣ ਦੀ ਉਮੀਦ ਹੈ? ਬੜੀ ਜਲਦੀ ਹੋਪ ਕਿ ਅਸੀਂ ਨਵੰਬਰ ਦੇ ਐਂਡ ਤੱਕ ਜਾਂ ਦਸੰਬਰ ਦੇ ਫਸਟ ਵੀਕ ਤੱਕ ਜਿਹੜੀ ਨੈਕਸਟ ਲਿਸਟ ਨੂੰ ਡਿਕਲੇਅਰ ਕਰ ਦਾਂਗੇ। ਮੈਡਮ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜੀ ਤੁਸੀਂ ਘੋਸ਼ਣਾ ਕਰ ਰਹੇ ਹੋ ਇਹ ਹੁਣ, ਮਤਲਬ ਕਿ ਜਿਹੜੀ ਤੁਹਾਡੀ ਤਾਲਮੇਲ ਦੀ ਗੱਲਬਾਤ ਚੱਲ ਰਹੀ ਆ, ਉਹ ਕਿਸੇ ਵੀ ਲੈਵਲ 'ਤੇ ਹੁਣ ਸਿਰੇ ਚੜ੍ਹਨ ਦੀ ਕੋਈ ਉਮੀਦਵਾਰ ਨਹੀਂ ਆ ਅਤੇ ਨਾ ਹੀ ਇਸ ਤਰ੍ਹਾਂ ਦੀ ਹੁਣ ਕੋਸ਼ਿਸ਼ ਹੋਣੀ ਚਾਹੀਦੀ ਹੈ? ਅਸੀਂ ਤਾਂ ਕਦੇ ਇਦਾਂ ਦਾ ਕੁਛ ਸੋਚਿਆ ਨਹੀਂ ਹੈਗਾ। ਲੋਕ ਚਾਹੁੰਦੇ ਆ ਕਿ ਅਸੀਂ ਲੋਕਾਂ ਦੇ ਏਜੰਡਸ ਦੀ, ਲੋਕਾਂ ਦੇ ਇਸ਼ੂਜ਼ ਦੀ ਗੱਲ ਕਰੀਏ। ਬਹੁਤ ਸਾਰੇ ਇਸ ਵੇਲੇ ਪੰਜਾਬ ਦੇ ਪੱਖ ਦੇ ਮਸਲੇ ਨੇ, ਚਾਹੇ ਉਹ ਕਿਸਾਨੀ ਦਾ ਆ, ਚਾਹੇ ਉਹ ਨੌਜਵਾਨਾਂ ਦਾ ਆ, ਚਾਹੇ ਉਹ ਕ੍ਰਾਈਮ ਆ, ਚਾਹੇ ਉਹ ਲਾਅ ਐਂਡ ਆਰਡਰ ਆ, ਚਾਹੇ ਉਹ ਗੁੰਡਾਗਰਦੀ ਆ, ਅਤੇ ਅਸੀਂ ਆਪਣੇ ਡਿਫਰੈਂਸਿਸ ਕਰਕੇ ਅਸੀਂ ਨਹੀਂ ਚਾਹੁੰਦੇ ਕਿ ਪੰਜਾਬ ਦੇ ਲੋਕ ਸਫ਼ਰ ਕਰਨ। ਸੋ ਪੰਜਾਬ ਦੇ ਲੋਕਾਂ ਦੀ ਆਵਾਜ਼ ਬਣ ਕੇ ਖੜ੍ਹੇ ਹਾਂ। ਜੇ ਸਾਡੇ ਸਾਥੀ ਸਾਡੇ ਨਾਲ ਨਾਰਾਜ਼ ਨੇ, ਪਰ ਅਸੀਂ ਕਦੇ ਵੀ ਉਹਨਾਂ ਲਈ ਦਰਵਾਜ਼ੇ ਬੰਦ ਨਹੀਂ ਕਰਦੇ। ਉਹ ਅੱਜ ਵੀ ਪਾਰਟੀ ਦੇ ਲੋਗੋ ਹੇਠਾਂ ਖੜ੍ਹੇ ਨੇ ਅਤੇ ਪਾਰਟੀ ਉਹਨਾਂ ਨੂੰ ਜੀ ਆਇਆਂ ਕਹਿੰਦੀ ਹੈ। ਉਹਨਾਂ ਨਾਲ ਗੱਲਬਾਤ ਚੱਲਦੀ ਰਹੇਗੀ? ਇਹਦੇ ਬਾਰੇ ਜਿਹੜੀ ਤਾਲਮੇਲ ਕਮੇਟੀ ਹੈ, ਬੈਟਰ ਤੁਹਾਨੂੰ ਉਹ ਦੱਸ ਸਕਦੀ ਹੈ ਕਿ ਉਹਨਾਂ ਦਾ ਨੈਕਸਟ ਸਟੈਪ ਕੀ ਹੋਊਗਾ। ਇਹ ਸੀਗੇ ਜਿਹੜੇ ਆਮ ਆਦਮੀ ਪਾਰਟੀ ਦੇ ਸਪੋਕਸਮੈਨ ਪ੍ਰੋਫੈਸਰ ਬਲਜਿੰਦਰ ਕੌਰ ਜੀ, ਜਿਨ੍ਹਾਂ ਦਾ ਕਹਿਣਾ ਹੈ ਕਿ ਜਿਹੜੇ ਤੁਹਾਡੇ ਨਾਰਾਜ਼ ਆ ਉਹਨਾਂ ਨਾਲ ਗੱਲਬਾਤ ਦਾ ਜਿਹੜਾ ਸਿਲਸਿਲਾ ਇਸੇ ਪ੍ਰਕਾਰ ਅੱਗੇ ਵੀ ਜਾਰੀ ਰਹੇਗਾ। ਮੈਂ ਦਿਨੇਸ਼ ਗੋਇਲ, ਕੈਮਰਾਮੈਨ ਆਦਿੱਤਿਆ ਦੇ ਨਾਲ, ਦੈਨਿਕ ਸਵੇਰਾ TV ਲਈ ਚੰਡੀਗੜ੍ਹ ਤੋਂ।